ਪੰਜਾਬ ਚ ਅੱਜਕੱਲ ਇੱਕ ਆਡੀਓ ਕਲਿੱਪ ਬੜੀ ਚਰਚਾ ਦੇ ਵਿੱਚ ਆਈ ਹੋਈ ਐ ਜਿਸ ਚ ਇੱਕ ਸਰਕਾਰੀ ਅਫਸਰ ਆਪਣੀ ਪ੍ਰਮੋਸ਼ਨ ਕਰਾਉਣ ਲਈ ਇੱਕ ਮੰਤਰੀ ਸਾਹਿਬ ਕੋਲ ਆਪਣੇ ਹੀ ਅੰਦਾਜ਼ 'ਚ ਸ਼ਿਫਾਰਿਸ਼ ਲਗਾ ਰਿਹਾ ਤੇ ਕਹਿ ਰਿਹਾ ਕਿ ਚੁੱਕੋ ਮੰਤਰੀ ਸਾਹਿਬ ਪੈਸੇ ਬਸ ਪ੍ਰਮੋਸ਼ਨ ਕਰਵਾ ਦਿਓ ਕਿਸ ਮੰਤਰੀ ਦੀ ਗੱਲ ਹੋ ਰਹੀ ਐ ਅਵੀ ਦੱਸਾਂਗੇ ਪਰ ਪਹਿਲਾਂ ਗੱਲ ਅਫਸਰ ਦੀ ਕਰਦੇ ਹਾਂ ਉਹ ਅਫਸਰ ਜੋ ਇੰਨੀ ਹਿੰਮਤ ਕਰ ਰਿਹਾ ਕਿ ਪਤਾ ਹੋਣ ਦੇ ਬਾਵਜੂਦ ਵੀ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੈ ਫਿਰ ਵੀ ਰਿਸ਼ਵਤ ਲੈਣ ਦੇਣ ਦੀ ਸ਼ਰਿਆਮ ਗੱਲ ਕੀਤੀ ਜਾ ਰਹੀ ਹੈ ਤੇ ਸਰਕਾਰ ਦੇ ਮੰਤਰੀ ਤੱਕ ਨੂੰ ਵੀ ਕੁਝ ਨਹੀਂ ਸਮਝਿਆ ਜਾ ਰਿਹਾ ਸੁਣੋ ਪਹਿਲਾਂ ਇਹ ਆਡੀਓ ਹਲੋ ਮਤਲਬ ਕਿ ਹੁਣ ਸਾਨੂੰ ਜੇ ਇੱਕ ਦਿਨ ਆਜੂਗਾ ਤੇ ਸਾਡੀ ਵਾਰੀ ਚੰਡੀਗੜ੍ਹ ਦੀ ਤਾਂ ਹੀ ਆਣੀ ਐਦਰ ਮੇਰੀ ਵਾਰੀ ਨਹੀਂ ਆਉਣੀ ਚੰਡੀਗੜ੍ਹ ਦੀ ਹੋ ਸਕਦਾ ਨਹੀਂ ਕਰਾਂਗੇ ਫਿਰ ਤੇ ਪਰ ਟੀਮ ਕੋ ਲਗਣਾ ਜੇ ਹਰਜੀਤ ਡੀਐਮ ਪ੍ਰਮੋਟ ਹੋ ਸਕਦਾ ਏਜੀਐਮ ਤੇ ਅਸੀਂ ਡੀਜੀਐਮ ਕਿਉਂ ਨਹੀਂ ਹੋ ਸਕਦੇ ਮੈਂ ਮੈਂ ਤਾਂ ਦਸੰਬਰ 18 ਚ ਪ੍ਰਮੋਟ ਹੋ ਗਿਆ ਸੀਗਾ ਦਸੰਬਰ 2018 ਚ ਦਸੰਬਰ 2022 ਨੂੰ ਮੇਰੇ 4 ਸਾਲ ਪੂਰੇ ਹੋ ਗਏ ਹੁਣ ਦਸੰਬਰ 2020 ਆਣ ਵਾਲਾ ਹੋ ਗਿਆ ਫਿਰ ਅਸੀਂ ਵੀ ਕਹਿ ਦਿਆਂਗੇ ਜੀ ਡੀਪੀਸੀ ਬਲੌਕ ਬਿਊਟੀ ਬਲੌਕ ਬਿਊਟੀ ਸਾਨੂੰ ਡੀਜੀਐਮ ਕਰ ਤੋਂ ਡੀਜੀਐਮ ਦੀ ਇੱਕ ਪੋਸਟ ਹੈ ਕਿਤਾ ਹੈ ਇਹ ਅਫਸਰ ਹੈ ਦਿਲਜੀਤ ਸਿੰਘ ਜ਼ਿਲ੍ਹਾ ਮੈਨੇਜਰ ਪੰਸਬ ਕਪੂਥਰਾ ਤੋਂ ਜਿਹੜੇ ਚੰਡੀਗੜ੍ਹ ਸ਼ਿਫਟ ਹੋਣਾ ਚਾਹੁੰਦੇ ਹਨ ਤੇ ਚੰਡੀਗੜ੍ਹ ਸ਼ਿਫਟ ਹੋਣ ਲਈ ਰੋਵ ਵੀ ਮਾਰ ਰਹੇ ਹਨ ਤੇ ਨਾਲੇ ਕਹਿ ਰਹੇ ਹਨ ਕਿ ਇਨਕੁਆਰੀਆਂ ਤੋਂ ਮੈਨੂੰ ਡਰਦਾ ਇਨਕੁਆਰੀਆਂ ਤਾਂ ਮੈਂ ਬਹੁਤ ਪੁਕਤੀਆਂ ਹਨ ਤੇਰੀ ਲੋੜ ਪੈਣੀ ਉਹ ਤੋਂ ਮੰਤਰੀ ਨੂੰ ਕਹਿ ਕੇ ਜਿੰਨੇ ਪੈਸੇ ਮੰਗੇਗਾ ਦਿਆਂਗੇ ਮੰਤਰੀ ਚੱਕੋ ਕਰਾਓ ਮੇਰੀ ਪ੍ਰੋਮੋਸ਼ਨ ਇਹ ਮਰੇ ਗਰਗ ਮਰੇ ਸਹੀ ਬਸ ਕੋਈ ਕਹਿੰਦੇ ਆ ਫਿਰ ਅਸੀਂ ਮੰਤਰੀ ਕੋਲ ਚੱਲ ਜਾਾਂਗੇ ਲੋ ਸਰ ਮੰਤਰੀ ਜੀ ਦੱਸੋ ਜੀ ਰਿਕਾਰਡ ਕਲੀਨ ਹੈ ਬੰਦੇ ਦਾ ਆ ਫੜੋ ਇਹਨੂੰ ਕਰੋ ਪ੍ਰਮੋਟ ਜੀ ਲਾਓ ਹਫਤਾ ਹਫਤੇ ਚ ਕਰਦੇ ਹੋ ਆਡੀਓ ਨੂੰ ਸੁਣ ਕੇ ਅੰਦਾਜ਼ਾ ਲਾਓ ਕਿ ਇੱਕ ਸਰਕਾਰੀ ਅਫਸਰ ਦੇ ਹੌਂਸਲੇ ਕਿੰਨੇ ਉੱਚੇ ਹਨ ਕਿ ਨਾ ਕਾਨੂੰਨ ਦਾ ਡਰ ਹੈ ਤੇ ਨਾ ਹੀ ਕਿਸੇ ਮੰਤਰੀ ਦਾ ਤੇ ਨਾ ਹੀ ਕਿਸੇ ਸਰਕਾਰ ਦਾ ਪ੍ਰਮੋਟ ਹੋਣ ਦੀ ਇੰਨੀ ਕਾਲੀ ਹੈ ਵੀ ਖੁਦ ਕਹਿ ਰਿਹਾ ਕਿ ਦਸੰਬਰ 2023 ਵੀ ਲੰਘ ਚੱਲਿਆ ਪਰ ਮੇਰੀ ਪ੍ਰਮੋਸ਼ਨ ਨਹੀਂ ਹੋਈ ਜੇ ਉਹਦੀ ਹੋ ਸਕਦੀ ਹੈ ਤਾਂ ਮੇਰੀ ਕਿਉਂ ਨਹੀਂ ਮੰਤਰੀ ਨੂੰ ਕਹਿਣਾ ਹੀ ਹੈ ਹੁਣ ਇੱਥੇ ਜਿਸ ਮੰਤਰੀ ਦੀ ਗੱਲ ਹੋ ਰਹੀ ਹੈ ਉਹ ਹਨ ਲਾਲਚੰਦ ਘਟਾਰੂਸ਼ਕ ਕਿਉਂਕਿ ਉਹਨਾਂ ਦੇ ਕੋਲ ਹੀ ਹੈ ਦਲਜੀਤ ਸਿੰਘ ਵਾਲਾ ਵਿਭਾਗ ਮਤਲਬ ਖੁਰਾਕ ਸਿਵਲ ਸਪਲਾਈ ਵਿਭਾਗ ਮੰਤਰੀ ਦੇ ਅਹੁਦੇ ਦਾ ਸਤਿਕਾਰ ਇਹ ਅਫਸਰ ਕਿੰਨਾ ਕੁ ਕਰ ਰਿਹਾ ਹੈ ਇਹ ਹੁਣ ਅੱਗੇ ਆਡੀਓ 'ਚ ਸੁਣੋ ਇਹਦੇ ਵਿੱਚ ਤੇ ਲਾਇਆ ਜੀ ਕਨਫਰਮ ਕਰਕੇ ਲਾਇਆ ਜੀ ਉੱਤੋਂ ਬਾਕੀ ਤੂੰ ਟੰਗਣਾ ਟੰਗਦੇ ਮਾਈ ਬਾਪ ਕੋਈ ਗੱਲ ਨਹੀਂ ਜਿੰਨੇ ਜੋ ਕਰਨ ਕਰੀ ਚੱਲੇ ਇੱਥੇ ਡੰਡਾ ਡਰ ਕੇ ਜ਼ਿੰਦਗੀ ਤਾਂ ਜਿਲੀ ਨਹੀਂ ਹੈਗੀ ਆਪਾਂ ਆਪਣੇ ਸਟਾਈਲ 'ਚ ਜਿਣੀ ਹੈ ਓ ਬਸ ਐਨੀਆਂ ਚਾਰ ਸ਼ੀਟਾਂ ਭੁਗ ਚੁੱਕੇ ਆਂ ਭੈਣ ਚੰਨੀਆਂ ਵੀਲਨ ਕਰੇ ਭੁਗ ਚੁੱਕੇ ਆਂ ਹੁਣ ਡਰਿਕਾ ਤਾਂ ਹੋ ਗਿਆ ਜਾਂਦਾ ਆਂ ਆਂਦਾ ਆਡੀਓ ਫੋਨ 'ਚ ਰਿਕਾਰਡ ਹੋਈ ਤੇ ਬਸ ਫੇਰ ਕੀ ਸੀ ਪ੍ਰਮੋਸ਼ਨ ਭਾਲ ਦੇ ਜ਼ਿਲ੍ਹਾ ਅਫਸਰ ਦੀ ਆਡੀਓ ਵਾਇਰਲ ਹੋ ਗਈ ਤੇ ਹੌਲੀ-ਹੌਲੀ ਮੀਡੀਆ ਤੱਕ ਪਹੁੰਚ ਗਈ ਤੇ ਆਖਰਕਾਰ 19 ਨਵੰਬਰ ਨੂੰ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ ਵੱਲੋਂ ਦਲਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਉਸ ਦੀ ਜਗ੍ਹਾ ਮਨਪ੍ਰੀਤ ਸਿੰਘ ਨੂੰ ਅਹੁਦਾ ਸੌਂਪ ਦਿੱਤਾ ਗਿਆ ਹਾਲਾਂਕਿ ਇਸ ਵੀਡੀਓ ਬਾਰੇ ਮੰਤਰੀ ਲਾਲਚੰਦ ਘਟਾਰੂਚੱਕ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ ਤੇ ਨਾ ਹੀ ਉਹ ਇਸ ਬਾਰੇ ਗੱਲ ਕਰ ਰਹੇ ਹਨ ਅਸੀਂ ਵੀ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਹੋਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੇ ਪੀਏ ਗੁਰਚਰਨ ਸਿੰਘ ਨੇ ਕਿਹਾ ਕਿ ਮੰਤਰੀ ਜੀ ਕਰਤਾਰਪੁਰ ਸਾਹਿਬ ਗਏ ਹੋਏ ਨੇ ਮੈਂ ਉਹਨਾਂ ਦੇ ਨਾਲ ਨਹੀਂ ਆ ਇਸ ਕਰਕੇ ਗੱਲ ਨਹੀਂ ਹੋ ਸਕਦੀ ਹਾਲਾਂਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰ ਰਹੇ ਪਰ ਜਦੋਂ ਅਸੀਂ ਸੋਨਾਲੀ ਗਿਰੀ ਜੋ ਕਿ ਮੈਨੇਜਿੰਗ ਡਾਇਰੈਕਟਰ ਨੇ ਤੇ ਜਿਨ੍ਹਾਂ ਦੇ ਦਸਤਖਤਾਂ ਦੇ ਹੇਠ ਹੀ ਦਲਜੀਤ ਸਿੰਘ ਨੂੰ ਮੁਅਤਲ ਕੀਤਾ ਗਿਆ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਅਫਸਰ ਖਿਲਾਫ ਚਾਰਜੀਟ ਫ੍ਰੇਮ ਕੀਤੀ ਗਈ ਹੈ ਜਿਸ ਦੇ ਤਹਿਤ ਇਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਜਾਂਚ ਦੇ ਹਿਸਾਬ ਦੇ ਨਾਲ ਅੱਗੇ ਸਾਰੀ ਕਾਰਵਾਈ ਵਿਭਾਗ ਦੇ ਵੱਲੋਂ ਕੀਤੀ ਜਾਵੇਗੀ ਤਾਂ ਇਹ ਬੜਾ ਅਜੀਬੋ-ਗਰੀਬ ਮਾਮਲਾ ਪੰਜਾਬ ਦੇ ਵਿੱਚ ਸਾਹਮਣੇ ਆਇਆ ਸੀ ਜਿੱਥੇ ਇੱਕ ਕਥਿਤ ਆਡੀਓ ਵਾਇਰਲ ਹੁੰਦੀ ਹੈ ਤੇ ਉਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਵੱਲੋਂ ਉਹ ਇੱਕ ਅਫਸਰ ਦੇ ਖਿਲਾਫ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ ਪਰ ਇਹ ਮਾਮਲਾ ਅੰਦਰ ਹੀ ਰੱਖਿਆ ਜਾਂਦਾ ਹੈ ਇਸ ਨੂੰ ਖੁੱਲ ਕੇ ਬਾਹਰ ਨਹੀਂ ਲਿਆਂਦਾ ਜਾ ਰਿਹਾ ਕਿਉਂਕਿ ਸੁਨਾਲੀਗਿਰੀ ਹੋਰਾਂ ਨੇ ਵੀ ਇਹੀ ਕਿਹਾ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਅਸੀਂ ਜਨਤਕ ਨਹੀਂ ਕਰ ਸਕਦੇ